ਹਾਂਜੀ ਆਹ ਦੇਖੋ ਇੱਧਰ ਸੂਏ ਦਾ ਮੋਗਾ ਰੱਖਿਆ ਹੋਇਆ ਹੈਗਾ, ਇੱਧਰ ਖੇਤਾਂ ਵਿੱਚ ਵੀ ਪਾਣੀ ਆਉਂਦਾ ਇੱਧਰ। ਅਤੇ ਮੈਂ ਇੱਧਰਲੀ ਸਾਈਡ ਆ ਗਈ ਹਾਂ ਹੁਣ, ਅਤੇ ਅੱਗੇ ਸਬਜ਼ੀਆਂ ਦੇਖ ਲਿਆ, ਇੱਧਰ ਸਬਜ਼ੀਆਂ ਲੱਗੀਆਂ ਹੋਈਆਂ ਨੇਗੀਆਂ। ਇੱਥੋਂ ਮੈਂ ਸੂਏ ਦੇ ਕੰਢੇ ਕੰਢੇ ਆ ਰਹੀ ਹਾਂ। ਹਾਂਜੀ ਇੱਧਰ ਦੇਖੋ ਪਿੱਪਲ ਲੱਗਿਆ ਹੋਇਆ, ਦੇਸੀ ਕਿੱਕਰ ਲੱਗੇ ਹੋਏ, ਇੱਧਰ ਬਹੁਤ ਸਾਰੇ ਦਰੱਖਤ ਲੱਗੇ ਹੋਏ ਆ ਜੀ ਸਾਰੇ ਇੱਧਰਲੀ ਸਾਈਡ। ਆਹ ਦੇਖੋ ਬੇਲਾਂ ਲੱਗੀਆਂ ਹੋਈਆਂ ਕੱਦੂ ਦੀਆਂ। ਇੱਥੇ ਪਾਣੀ ਦੀ ਲੋੜ ਨਹੀਂ ਹੈਗੀ ਤਾਂ ਕਰਕੇ ਇੱਕ ਸਾਈਡ ਤੋਂ ਪਾਣੀ ਮਿਲੀ ਜਾਂਦਾ ਇਹਨਾਂ ਨੂੰ, ਅਤੇ ਨਹਿਰ ਦਾ ਪਾਣੀ ਮਿਲਦਾ ਗਾ ਵਿੱਚੋਂ ਚੱਕਰ ਤੋਂ ਬਾਹਰ ਲਿਆ। ਦੇਖੋ ਕੱਦੂ ਲੱਗੇ ਹੋਏ ਹੈਗੇ ਛੋਟੇ। ਅੱਗੇ ਸਬਜ਼ੀ ਦੇਖਦੇ ਹੋਣ, ਹਾਂਜੀ ਆਹ ਦੇਖੋ ਅਸੀਂ ਆ ਗਏ ਹਾਂ ਉੱਥੇ, ਇੱਧਰ ਨਾਲ ਲੱਗੇ ਹੋਏ ਆ ਦੇਖੋ ਕਿੱਡੇ ਕਿੱਡੇ। ਹਾਂਜੀ ਬੂਟਾ ਸਾਰਾ ਭਰਿਆ ਪਿਆ ਹੈਗਾ ਨਾਰਾਂ ਨਾਲ, ਦੇਖੋ ਬਹੁਤ ਲੱਗੇ ਹੋਏ ਹੈਗੇ ਅਤੇ ਕੱਚੇ ਹੋਏ ਆ ਹਜੇ। ਅਤੇ ਇੱਧਰ ਪੁਦੀਨਾ ਲੱਗਿਆ ਹੋਇਆ ਦੇਖੋ, ਮੈਂ ਚਟਣੀ ਵਾਸਤੇ ਪੁਦੀਨਾ ਤੋੜੂੰਗੀ। ਫਿਰ ਅੱਗੇ ਹੋਰ ਸਬਜ਼ੀ ਦੇਖਾਂਗੇ ਕੋਈ, ਪੁਦੀਨਾ ਗਰਮੀ ਵਿੱਚ ਠੰਡਾ ਰਹਿੰਦਾ ਗਾ ਵਧੀਆ ਗਾ। ਹਾਂਜੀ ਜਿਵੇਂ ਕੁੱਟ ਕੇ ਸਕੰਜਵੀ 'ਚ ਵੀ ਪਾ ਸਕਦੇ ਹਾਂ, ਚਟਣੀ ਨੂੰ ਕੁੱਟ ਕੇ ਖਾ ਸਕਦੇ ਹਾਂ ਇਹਦੀ, ਜਿਵੇਂ ਜੂਸ ਕੱਢਦੇ ਹਾਂ ਇਹ ਉਹਦੇ ਵਿੱਚ ਵੀ ਪਾ ਸਕਦੇ ਹਾਂ, ਬਾਕੀ ਸਬਜ਼ੀਆਂ 'ਚ ਵੀ ਪੈ ਜਾਂਦਾ ਗਾ, ਵਧੀਆ ਸਬਜ਼ੀ ਬਣਦੀ ਹੈ ਜੀ। ਅਤੇ ਠੰਡਾ ਵੀ ਹੈਗਾ, ਠੰਡਕ ਦਿੰਦਾ ਗਾ। ਹਾਂਜੀ ਆਹ ਦੇਖੋ ਇਮਲੀ ਦਾ ਬੂਟਾ ਗਾ, ਇਹਦੇ ਪੱਤੇ ਬਹੁਤ ਖੱਟੇ ਖੱਟੇ ਆ, ਇਮਲੀ ਵਰਗੀ ਆ ਖਾਣ 'ਚ। ਹਾਂਜੀ ਮੈਂ ਆ ਗਈ ਹਾਂ ਦੇਖੋ ਸਬਜ਼ੀਆਂ 'ਚ, ਆਹ ਦੇਖੋ ਡੇਕ 'ਤੇ ਮੋਹਰੀਆਂ ਲੱਗੀਆਂ ਹੋਈਆਂ ਨੇ, ਬਹੁਤ ਵੱਡੀ ਡੇਕ ਆ ਗਈ। ਅਤੇ ਇੱਧਰ ਸਬਜ਼ੀਆਂ ਲੱਗੀਆਂ ਹੋਈਆਂ ਨੇ, ਵੱਡੇ ਗੋਲ। ਹਾਂ ਦੇਖੋ ਦੋ ਬੈਂਗਲ ਲਏ ਆ ਮੈਂ, ਦੋ ਮਿਲੇ ਹੈਗੇ ਮੈਨੂੰ ਇੱਥੋਂ, ਅਤੇ ਇਹਨਾਂ ਦਾ ਭੜਥਾ ਬਣ ਜੂਗਾ। ਅਤੇ ਅੱਗੇ ਹੋਰ ਮਿਰਚਾਂ ਤੋੜੂੰਗੀ ਹੁਣ ਮੈਂ ਲਾਲ। ਹਾਂਜੀ ਆ ਦੇਖੋ ਇੱਧਰ ਭਿੰਡੀਆਂ ਨੇਗੀਆਂ ਪਰ ਪੱਕੀਆਂ ਪਈਆਂ ਨੇ, ਆਹ ਮਿਰਚਾਂ ਨੇਗੀਆਂ, ਅਤੇ ਹੁਣ ਮੈਂ ਲਾਲ ਲਾਲ ਮਿਰਚਾਂ ਤੋੜਾਂਗੀ ਚਟਣੀ ਵਾਸਤੇ। ਮਿਰਚ ਤਿੱਖੀ ਬਹੁਤ ਨੇ, ਹੱਥ ਲਾਗੇ ਵਾਲਾ ਬੁਰਾ ਹਾਲ ਹੋ ਗਿਆ, ਪੌੜੀਆਂ ਹੋ ਗਈਆਂ।
देखो मिर्चा लै लिया ने मैं थोड़िया जी हरिया लिया ने थोड़िया जी लाल लिया ने ते भी चटनी च पाऊंगी मैं चटनी बनावगी परथे वास्ते बैंगन ले आगे तो इन्हों का परथा बनावगी की कम देखो मिर्चा लै लिया ने मैं थोड़िया जी हरिया लिया ने थोड़िया जी लाल लिया ने ते भी चटनी च पाऊंगी मैं